ਤੁਸੀਂ ਸਬਸਕ੍ਰਾਈਬ ਕਰੋ ਇਸ MH1 ਕੰਟੀਨੀ ਮੰਡੀਰ ਦੇ ਆਫੀਸ਼ੀਅਲ YouTube ਚੈਨਲ ਨੂੰ, ਬੈਲ ਆਈਕਨ ਨੂੰ ਪ੍ਰੈਸ ਕਰਕੇ ਤੁਹਾਨੂੰ ਸਾਰੀਆਂ ਨੋਟੀਫਿਕੇਸ਼ਨਸ ਮਿਲ ਜਾ ਕਰਨਗੀਆਂ। ਸੋ ਗੋ ਐਂਡ ਸਬਸਕ੍ਰਾਈਬ। ਓ ਮੈਂਡੀ, ਗੋਲੀ ਮਾਰ ਅੰਗਰੇਜ਼ੀ ਦੇ ਪੀਰੀਅਡ ਨੂੰ, ਚੱਲ ਆ ਤੈਨੂੰ ਕੰਟੀਨੀ ਚਾਹ ਪਿਆਵਾਂ। ਹਾਜ਼ਰ ਹੋ ਚੁੱਕੇ ਤੁਹਾਡੇ ਸਾਰਿਆਂ ਦਾ ਫੇਵਰੇਟ ਸ਼ੋਅ ਦਾ ਨਾਮ ਹੈ ਜੀ ਕੰਟੀਨੀ। ਸੋ ਅੱਜ ਮੈਂ ਆ ਚੁੱਕਿਆ ਜੀ ਗੁੱਲਾ ਚੀਕਾ, ਜਿੱਥੇ ਪ੍ਰੋਫੈਸਰ ਲਾਉਣ ਪਿਆਰ ਦਾ ਟੀਕਾ, ਤੇ ਇਹ ਹੈਗਾ ਜੀ ਡਿਸਟ੍ਰਿਕਟ ਕੈਥਲ ਦੇ ਵਿੱਚ ਪੈਂਦਾ। ਬਹੁਤ ਸ਼ਾਨਦਾਰ ਬੱਚੇ, ਬਹੁਤ ਡਿਸਿਪਲਿਨਡ ਬੱਚੇ, ਇਹੋ ਜਿਹੇ ਬੱਚੇ ਮੈਂ ਕਿਤੇ ਨਹੀਂ ਦੇਖੇ। ਹੁਣ ਗੱਲ ਸੁਣ ਲਓ, ਮੈਂ ਤੁਹਾਡੀ ਤਾਰੀਫ ਕੀਤੀ ਹੈ, ਹੁਣ ਇਹੀ ਖੜੇ ਰਹੋ। ਹਾਂ, ਔਰ ਇਹ ਪੱਗਾਂ ਵਾਲੇ ਵੀਰ ਬਹੁਤ ਸੋਹਣੇ, ਪੱਗਾਂ ਵਾਲੇ ਵੀਰਾਂ ਦੀ ਤਾੜੀਆਂ, ਬਹੁਤ ਸੋਹਣੇ ਪੱਗਾਂ ਵਾਲੇ ਵੀਰ। ਆਓ ਜੀ, ਆਓ ਆਓ ਆਓ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਸਿਮਰਨ ਹੈ, ਮੈਂ ਐਮਕੋਮ ਦੀ ਸਟੂਡੈਂਟ ਹਾਂ। ਮੈਨੂੰ ਪੁੱਛਣ ਦਾ ਦੋ ਜੀ ਪਹਿਲਾਂ, ਕੀ ਨਾਂ ਹੈ ਤੁਹਾਡਾ? ਸਿਮਰਨ। ਸਿਮਰਨ, ਹਾਂਜੀ। ਰਿਸ਼ਤੇਦਾਰੀ ਵਿਆਹ ਸੀ? ਹਾਂਜੀ ਵਿਆਹ ਸੀ। ਕਿਹਦਾ? ਮੈਂ ਨਹੀਂ ਮੁੰਦੀ ਲਈ ਵਿਆਹ। ਚਾਚਾ ਜੀ ਦਾ ਵਿਆਹ ਸੀ ਜੀ। ਚਾਚਾ ਜੀ ਦਾ? ਹਾਂਜੀ। ਰਹਿੰਦੇ ਕਿੱਥੇ ਨੇ? ਰਹਿੰਦੇ ਮਾਜਰੀ। ਮਾਜਰੀ ਕਿੰਨੀ ਦੂਰ ਹੈ? ਥੋੜੀ ਜੀ ਦੂਰ ਹੈ। ਓਕੇ, ਕਿੰਨੇ ਦਿਨ ਚੱਲਿਆ ਵਿਆਹ? ਮੈਂ ਤੇ ਇੱਕ ਦਿਨ ਚ ਗਈ ਸੀ। ਤੁਹਾਨੂੰ ਇੱਕ ਦਿਨ ਸੱਦਿਆ? ਸੱਦਿਆ ਨਹੀਂ ਤੁਹਾਨੂੰ? ਸੱਦਿਆ ਸੀ। ਨਹੀਂ ਫਿਰ ਨਾਲੇ ਦਾ ਚਾਚੇ ਤਾਏ ਦੇ ਵਿਆਹ ਕਿਹਨੇ 3-4 ਦਿਨ ਚੱਲਦੇ ਹੁੰਦੇ? ਫਿਰਚਾਚੇ ਤਾਏ ਨੇ ਜਿਹੜੇ, ਉਹ ਰਿਸ਼ਤੇਦਾਰੀ ਵਿੱਚ ਵੀ ਤੇ ਹੋ ਸਕਦੇ ਨੇ ਨਾ? ਅੱਛਾ, ਰਿਸ਼ਤੇਦਾਰੀ ਸੀਗੇ? ਹਾਂਜੀ। ਮਤਲਬ ਕਿ ਸਕੇ ਚਾਚਾ ਜੀ ਨਹੀਂ ਸੀਗੇ? ਹਾਂਜੀ, ਸਕੇ ਚਾਚਾ ਜੀ। ਓਕੇ ਓਕੇ, ਵਧੀਆ ਹੋ ਗਿਆ ਵਿਆਹ? ਹਾਂਜੀ ਵਧੀਆ ਹੋ ਗਿਆ। ਹੋਰ ਕੀ ਖਾਦਾ? ਬੜਾ ਕੁਝ ਖਾਦਾ, ਖਾਣ ਨੂੰ ਜੋ ਹੁੰਦਾ ਵਿਆਹ 'ਚ। ਕੀ ਕੀ ਸੀਗਾ? ਕਿੰਨੇ ਦਿਨ ਪਹਿਲਾਂ ਰੋਟੀ ਛੱਡਦੀ ਤੁਸੀਂ? ਮੈਂ ਰੋਟੀ ਖਾਣੀ ਆ, ਡੇਲੀ ਖਾਣੀ ਆ। ਨਹੀਂ ਨਹੀਂ, ਜਿਵੇਂ ਵਿਆਹ, ਜਿਵੇਂ ਸਾਨੂੰ ਕੋਈ ਵਿਆਹ ਛੱਡਦੇ ਹੋ? ਜਿਵੇਂ ਸਾਨੂੰ ਕੋਈ ਤੁਸੀਂ ਛੱਡਦੇ ਹੋ, ਦੱਸਣਾ ਲੱਗਾ। ਹਾਂ, ਜਿਵੇਂ ਸਾਨੂੰ ਕੋਈ ਰਾਤ ਦਾ ਵਿਆਹ ਸੱਦਨੇ, ਅਸੀਂ ਨਾ ਸਵੇਰੇ ਖਾਈਏ ਨਾ ਦੁਪਹਿਰੇ ਖਾਈਏ, ਪਰ ਰਾਤ ਨੂੰ। ਪਹਿਲਾਂ ਮੈਂ ਤੁਹਾਡੇ ਤੋਂ ਕੁਐਸਚਨ ਕਰਨਾ ਹੈ। ਹਾਂਜੀ, ਤੁਸੀਂ ਪੁੱਛੋ। ਤੁਸੀਂ ਸਾਰਿਆਂ ਦੀ ਇੰਨੀ ਕਲਾਸ ਲਾਉਂਦੇ ਹੋ? ਮੈਂ ਕਿੱਥੇ ਲਾਈ ਕਲਾਸ? ਹੋਰ ਲਾਉਂਦੇ ਹੋ? ਮੈਂ ਤਾਂ ਕਲਾਸ ਲਾਉਣਾ ਕਿਉਂਕਿ ਬੱਚੇ ਤੁਸੀਂ ਕਾਲਜ ਕਲਾਸਾਂ ਲਾਉਂਦੇ ਨਹੀਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਤੁਹਾਡਾ? ਆਰਤੀ ਸ਼ਰਮਾ। ਹਾਂਜੀ, ਆਰਤੀ ਸ਼ਰਮਾ। ਆਰਤੀ ਸ਼ਰਮਾ ਜੀ, ਹਾਂਜੀ। ਓਕੇ, ਕੀ ਸ਼ੌਂਕ ਨੇ ਤੁਹਾਡੇ ਆਰਤੀ ਸ਼ਰਮਾ ਜੀ? ਮੈਂ ਡਰਾਈਵਿੰਗ, ਸ਼ਾਪਿੰਗ ਤੇ ਡਰਾਈਵਿੰਗ ਸ਼ਾਪਿੰਗ। ਮਾਈਕ ਤਾਂ ਰੱਖੋ ਜੀ, ਤੁਹਾਡੀ ਕੋਲ, ਤੁਹਾਡੀ ਕੋਲ। ਹੋਰ ਤਾਂ ਬਸ, ਕੀ ਸ਼ੌਂਕ ਹੈ ਜੀ? ਡਰਾਈਵਿੰਗ, ਸ਼ਾਪਿੰਗ ਤੇ ਬਸ। ਸੁਣਾਉਂਗੇ ਕੀ ਸਾਨੂੰ? ਤੁਹਾਡੇ ਤੋਂ ਸੁਣਨਾ ਹੈ ਜੀ, ਲੱਖ ਲਾਨਤਾਂ ਸੌਂਗ ਮੈਂ ਸੁਣਾਉਣਾ ਜੀ। ਹਾਂਜੀ। ਤੇਰੇ ਨਾਲੋਂ ਵੱਧ ਤੇਰੀ ਫੈਮਿਲੀ ਦਾ ਘਰੂ ਮਾਪੇ ਹੁੰਦੇ ਸਾਡੇ ਵੇੜਿਆਂ ਦੀ ਛਾਂ ਵੇ। ਇਹ ਵੀ ਰਹੀ ਜੱਟਾ ਮੇਰੀ ਤੇਰੇ ਨਾਲ ਜਵਾਨ, ਸਦਾ ਸੱਸ ਜੀ ਨੂੰ ਸਮਝੂਗੀ ਮਾਂ ਵੇ। ਉਹ ਤੇਰਾ ਘਰ ਮੈਂ ਵਸਾਉਂ ਚੰਨਾ ਮੇਰੇ, ਅੱਜ ਜਦੋਂ ਤੂੰ ਮੈਨੂੰ ਤੋਰ ਲੈ ਗਿਆ। ਉਹ ਲੱਖ ਲਾਨਤਾਂ ਵੇ ਜੱਟਾ ਤੇਰੇ ਪਿਆਰ ਤੇ, ਵੇ ਆ ਕੇ ਜੇ ਕੋਈ ਤੋਰ ਲੈ ਗਿਆ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਂ ਹੈ ਤੁਹਾਡਾ? ਕੱਚਾ ਕੀ ਪੱਕਾ? ਕੱਚਾ ਕੀ ਪੱਕਾ? ਕੱਚਾ ਵੀ ਦੱਸ ਦਿਓ, ਪੱਕਾ ਵੀ ਦੱਸ ਦਿਓ। ਕੱਚਾ ਤਾਂ ਪੱਪੀ ਹੈ, ਪੱਕਾ ਪਵਨਾ। ਕੱਚਾ ਪੱਪੀ ਹੈ? ਹਾਂਜੀ। ਓਕੇ ਓਕੇ, ਪੱਕਾ ਪੱਕਾ ਪਵਨ ਜਾਂਗਣਾ। ਹਾਂਜੀ, ਓਕੇ, ਬਹੁਤ ਵਧੀਆ, ਥੈਂਕ ਯੂ ਸੋ ਮਚ। ਸਾਨੂੰ ਗੁਲਾਬ ਅੱਜ ਤਾਂ ਹੀ ਮਿਲਿਆ ਨਾ ਕਦੇ ਲੱਡੀ ਵੀਰੇ ਦੇ ਤਾਂ, ਭਰਾਵਾਂ ਭਰਾਵਾਂ ਦਾ ਪਿਆਰ, ਥੈਂਕ ਯੂ ਸੋ ਮਚ। ਕੀ ਸੁਣਾਓਗੇ? ਕੀ ਸੁਣਾਵਾਂ ਵੀਰੇ? ਜੋ ਮਰਜ਼ੀ। ਇਹ ਪੱਪੀ ਕਿਹਦੇ ਨਾਂ ਰੱਖਿਆ? ਕਰਦੇ ਨੇ ਰੱਖਿਆ ਜੀ। ਜਾਂ ਛੋਟੇ ਹੁੰਦੇ ਕੋਈ ਏਦਾਂ ਦੀਆਂ ਗਲਤੀਆਂ ਕੀਤੀਆਂ ਵੀ ਉਹਨਾਂ ਨੇ ਪੱਪੀ ਰੱਖ ਦੇਣਾ? ਗਲਤੀਆਂ ਏਦਾਂ ਨਹੀਂ ਕਰਦੇ ਸੀ। ਕੀ ਸੁਣਾਓਗੇ? ਚੁਟਕਲਾ ਆਉਂਦਾ ਜੀ। ਹਾਂ, ਚੁਟਕਲਾ ਚੁਟਕਲਾ। ਹਰਿਆਣਵੀ ਸੁਣਾਵਾਂ ਜੀ। ਵਧੀਆ ਹੋਵੇ, ਵਧੀਆ ਸੁਣਾ ਜੀ। ਹਾਂ, ਵਧੀਆ ਸੁਣਾਉਣ ਯੋਗ ਆਵੇ, ਟੀਚਰ ਬੈਠਣੇ ਛੇਤਰ ਬਹੁਤ ਪੈਣਗੇ। ਕੋਈ ਗੱਲ ਨਹੀਂ, ਇੱਧਰ 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 ਸੁਣਾਓ। ਆਪਾਂ ਹਰਿਆਣੇ 'ਚ ਆ ਰਹੇ ਤੁਸੀਂ ਵੀਰੇ? ਹਾਂਜੀ। ਅਤੇ ਹਰਿਆਣੇ ਦੇ ਜਵਾਕ ਵੀ ਨਿਕੰਮੇ ਨੇ? ਨਹੀਂ, ਵਧੀਆ ਵਧੀਆ ਨੇ ਜੀ। ਛੋਟੇ ਹੁੰਦੇ ਨੇ ਜਿਹੜੇ, ਛੋਟੇ ਛੋਟੇ ਸ਼ਰਾਰਤੀ, ਸ਼ਰਾਰਤੀ ਸ਼ਰਾਰਤੀ ਹੁੰਦੇ ਨੇ, ਕੰਮੇ ਨਹੀਂ ਕਹਿਣਾ ਸ਼ਰਾਰਤੀ। ਹਾਂਜੀ। ਤੇ ਪੜੋਸ ਤੇ ਵਿਆਹ ਸੀ ਕੱਲ, ਮੈਂ ਉੱਥੇ ਜਾ ਰਿਹਾ ਸੀ ਤੇ ਬੱਚੇ ਨੇ ਪੁੱਛਿਆ ਮੈਂ ਤੁਹਾਡੇ ਘਰ 'ਚ ਸਾਡਾ ਸਾਰਿਆਂ ਛੋਟਾ ਕੌਣ ਹੈ? ਉਹ ਕਹਿੰਦੇ ਜੀ ਮੇਰਾ ਪਾਪਾ। ਮੈਂ ਕਿਵੇਂ? ਮੈਨੂੰ ਕਿਹਾ ਅਜੇ ਤੱਕ ਮੇਰੇ ਮੰਮੀ ਕੋਲ ਪੈਂਦੇ ਨੇ। ਥੈਂਕ ਯੂ। ਓਕੇ ਵੀਰੇ, ਲਵ ਯੂ, ਲਵ ਯੂ, ਕਮਰ ਕੇ ਲਵ ਯੂ ਟੂ, ਲਵ ਯੂ, ਥੈਂਕ ਯੂ ਸੋ ਮਚ। ਮੁਸਕਾਨ ਸਿੰਗਲਾ। ਮੁਸਕਾਨ ਸਿੰਗਲਾ, ਕੀ ਸ਼ੌਂਕ ਨੇ ਤੁਹਾਡੇ? ਸ਼ੌਂਕ ਗਾਣਾ ਗਾਣਾ, ਡਾਂਸ ਕਰਨਾ। ਸੁਣਾਓ ਸੁਣਾਓ। ਸੁਣਾਣਾ ਤੇ ਡਾਂਸ ਕਰ ਦਾਂਗੇ। ਚਲੋ ਡਾਂਸ ਕਿਹੜੇ, ਕੋਈ ਵੀ ਗਾਣੇ ਤੇ? ਤੁਸੀਂ ਪਹਿਲਾਂ ਫੜ ਲਓ ਮੇਰੇ। ਮਿਹਰਬਾਨੀ, ਮਿਹਰਬਾਨੀ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। ਵਾਹਿਗੁਰੂ। ਤੁਸੀਂ ਟਾਈਮ ਕੱਢਿਆ,
ਬਹੁਤ ਵੱਡਾ ਗਿਫਟ ਮਿਲਿਆ। ਪਹਿਲਾਂ ਕਹਿੰਦੇ ਸੀ ਸਿਲੈਕਟਡ ਸਟੂਡੈਂਟਸ ਆਣਗੇ, ਮੈਂ ਬਾਅਦ ਚ ਲੈ ਕੇ ਆਈ ਆ। ਨਹੀਂ ਨਹੀਂ ਵਾਹਿਗੁਰੂ, ਤੁਹਾਨੂੰ ਮਾਰੇ ਬਹੁਤ ਸਾਰੀਆਂ ਖੁਸ਼ੀਆਂ ਦੇਣ। ਤੁਹਾਡਾ ਸੌਂਗ ਬਹੁਤ ਘੈਂਟ ਸੀ, ਅਦੁੱਤ ਨਵਾਂ ਗਾਣਾ ਛੇਤੀ ਕੱਢਦੇ ਹੋ। ਵਾਹਿਗੁਰੂ, ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ੀਆਂ ਦੇਣ, ਤੁਹਾਨੂੰ ਪਰਮਾਤਮਾ ਤੰਦਰੁਸਤ ਰੱਖੇ। ਵੈਸੇ ਤੰਦਰੁਸਤੀ ਹੋ ਬਹੁਤ ਤੰਦਰੁਸਤ, ਪਰ ਪਰਮਾਤਮਾ ਤੁਹਾਨੂੰ ਫੇਰ ਵੀ ਚੜ੍ਹਦੀ ਕਲਾ ਚ ਰੱਖੇ। ਮੈਂ ਬੋਲੀ ਸੁਣਾ ਦਿੰਦਾ ਜੀ। ਬਾਰੀ ਬਰਸੀ ਖੱਟਣ ਗਿਆ ਸੀ, ਖਟਕੇ ਲਿਆਂਦੀ। ਹਾਂਜੀ, ਖਟਕੇ ਲਿਆਂਦੀ ਪੈਨਸਲ, ਬੋਲੀ ਕੈਂਸਲ ਕੈਂਸਲ। ਹਰਿਆਣਵੀ ਮੇ ਜੈਸੇ ਕੋਈ ਸੈਲੀਬ੍ਰਿਟੀ ਸੋਹਣੇ ਲੱਗ ਰਹੇ ਹੋ ਜੈਸੇ ਆਪ ਪਤਾ, ਔਰ ਕਿਆ ਲੱਗਣ ਦਾ ਸਰ? ਬੜੀਆ ਬੜੀਆ, ਇਹਦਾ ਮਤਲਬ ਹੈ ਵੀ ਸੋਹਣਾ। ਕਿਆ ਬਾਤ ਹੈ, ਮੇਰ 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 ਠੀਕ ਹੋ ਸਰ? ਕਿਰਪਾ ਕੀ ਸੁਣਾਓਗੇ? ਮਿਮਿਕਰੀ ਕਰੋ, ਕਿਹਦੀ? ਅਮਰੀਸ਼ਪੁਰੀ ਕਰੋ ਜੀ। ਅਰੇ ਲੜਕੇ, ਰਵਨੀਤ ਭਾਈ, ਬਹੁਤ ਸੁਣਾ ਹੈ ਆਪਕੇ ਬਾਰੇ ਮੇ, ਆਓ ਕਭੀ ਹਵੇਲੀ ਪਰ। ਔਰ ਰਾਮਦੇਵ ਕੀ ਸਰ? ਬੇਟਾ ਰਵਨੀਤ, ਯੋਗਾ ਕਿਆ ਕਰੋ? ਐਸਾ ਕੁਛ ਨਹੀਂ ਹੋਗਾ, ਯੋਗਾ ਸਹੀ ਹੋਗਾ। ਔਰ ਸਰ ਅਕਸ਼ ਕੁਮਾਰ ਹੈ ਭਾਈ, ਹੈ ਸਮਾਰਟ ਲੱਗ ਰਹੇ ਹੋ, ਹੈ ਹਮਾਰੇ ਕਾਲਜ ਮੇ ਆਏ, ਮੇਰੇ ਜੈਸੇ ਲੱਗ ਰਹੇ ਹੋ, ਬਿਲਕੁਲ ਹੈ ਏਕਦਮ ਜੈਕਸ। ਔਰ ਸੁਣਾਓ, ਘਰ ਬਾਰ ਸਭ ਠੀਕ? ಶಾಂತಿ ಬನ್ನೆ ರಖಿಯೆ, ಆಪಕೆ ಕಾಲೇಜ್ ಮೇ ಆಪಕೆ ಲಿಯೆ ಹಿ ಹಮ್ನೆ ಯೇ ಪ್ರೋಗ್ರಾಮ್ ರಖಾ ಹೈ। आप ही हमारी सहायता ना करेंगे तो कौन करेगा? थैंक यू सर। बोल तो जोगे छोड़ जाए ब्रेक दा, कितना जायो मिलते हैं छोड़ जाए ब्रेक तो। ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡੇ ਆਪਣੇ ਫੇਵਰੇਟ ਸ਼ੋਅ ਕੰਟੀਨਿਊ ਮੰਡੀਰ ਦੇ ਵਿੱਚ, ਡੀਏਵੀ ਕਾਲਜ ਗੁਲਾ ਚੀਕਾ ਡਿਸਟ੍ਰਿਕਟ ਕੈਥਲ ਹਰਿਆਣਾ ਦੇ ਵਿੱਚ, ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਜੀ, ਤੇ ਆਓ ਆਪਾਂ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਠੀਕ ਹੋ? ਕਿਰਪਾ ਤੁਸੀਂ ਸੁਣਾਓ ਜੀ, ਕੀ ਸੁਣੋਗੇ? ਮੈਡਮ ਪ੍ਰੋਗਰਾਮ ਚੱਲਦਾ ਜੀ, ਇੱਧਰ ਪ੍ਰੋਗਰਾਮ ਚੱਲੀ ਜਾਂਦਾ, ਮੈਡਮ ਸੈਰ ਕਰੀ ਜਾਂਦੇ ਵਿੱਚ ਜੀ। ਹਾਂਜੀ, ਤੁਸੀਂ ਬਹੁਤ ਸਮਾਰਟ ਹੋ। ਅੱਛਾ ਜੀ, ਚਲੋ ਥੈਂਕ ਯੂ ਜੀ, ਮੈਨੂੰ ਪਹਿਲੀ ਵਾਰ ਕਿਹਾ ਜੀ ਕਿਸੇ ਨੇ। ਅੱਛਾ ਜੀ, ਮੇਰਾ ਨਾਮ ਲਿਖ ਲਿਓ। ਕਿੱਥੇ ਜੀ? ਹੱਥ ਤੇ। ਮੈਂ ਲਿਖ ਲੈਣਾ। ਕੀ ਨਾਮ ਤੁਹਾਡਾ? ਸਿਮਰਨ। ਸਿਮਰਨ, ਹਾਂਜੀ। ਸੱਸਾ ਸਿਹਾਰੀ? ਪੰਜਾਬੀ ਨਹੀਂ ਆਉਂਦੀ। ਅੱਛਾ, ਸਾਨੂੰ ਅੰਗਰੇਜ਼ੀ ਨਹੀਂ ਆਉਂਦੀ ਜੀ। ਕੀ ਸੁਣਾਓਗੇ ਜੀ? ਸ਼ੇਰ ਸੁਣਾਉਂਦੇ। ਸ਼ੇਰ ਆਪ ਲਿਖਦੇ ਹੋ? ਚੁਰਾਏ ਨੇ। ਅੱਛਾ ਅੱਛਾ, ਲਿਖਵਾਏ ਨੇ? ਡਰਦੇ ਤੇ ਨਹੀਂ। ਹੈ ਜੀ? ਡਰਦੇ ਤੇ ਨਹੀਂ। ਮੈਂ ਨਹੀਂ ਡਰਦਾ ਸ਼ੇਰ ਤੋਂ। ਨਹੀਂ ਨਹੀਂ ਨਹੀਂ, ਤੇਰੇ ਬਾਹ ਹੀ ਨਹੀਂ ਪਿਆ ਵੈਸੇ। ਵੇ ਤੇਰੀ ਕਦਰ ਬੜੀ ਇਸ ਕਮਲੀ ਨੂੰ, ਤੂੰ ਬੇਕਦਰਿਆਂ ਵਾਂਗ ਨਾ ਕਰਿਆ ਕਰ। ਅੱਛਾ, ਤੈਨੂੰ ਮੰਗਿਆ ਰੱਬ ਤੋਂ ਚਾਵਾਂ ਨਾਲ, ਥੋੜੀ ਫਿਕਰ ਤੂੰ ਵੀ ਤਾਂ ਕਰਿਆ ਕਰ। ਵਾਹ 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 ਕਰ। ਇੱਕ ਹਿੰਦੀ ਵੀ ਸੁਣਾ ਦੇ। ਅੱਛਾ, ਮੁੱਕ ਗਿਆ। ਪਲ ਪਲ ਤਰਸੇ ਉਸ ਪਲ ਕੇ ਲਈ, ਵਾਹ ਵੋ ਪਲ ਆਇਆ ਵੀ ਤੋ ਬਸ ਇੱਕ ਪਲ ਕੇ ਲਈ, ਸੋਚਾ ਥਾ ਉਸ ਪਲ ਕੋ ਜ਼ਿੰਦਗੀ ਕਾ ਹਸੀਨ ਪਲ ਬਣਾ ਲੇਂਗੇ, ਵੋ ਪਲ ਰੁਕਾ ਵੀ ਤੋ ਬਸ ਇੱਕ ਪਲ ਕੇ ਲਈ। ਕਿਆ ਬਾਤ ਹੈ, ਮੇਰੀਆਂ ਸਹੇਲੀਆਂ ਤੁਹਾਡੀਆਂ ਬਹੁਤ ਵੱਡੀਆਂ ਫੈਨ ਨੇ, ਜੇ ਮੈਂ ਤੁਹਾਡੀ ਉਹਨਾਂ ਨਾਲ ਮੀਟਿੰਗ ਨਹੀਂ ਕਰਾਈ ਮੈਨੂੰ ਚਿੱਤਰ ਪੈਣੇ ਆ। ਮੀਟਿੰਗ ਨਹੀਂ ਕਰਾਈ, ਇੱਥੇ ਮੀਟਿੰਗ ਹੋਣ ਦੀ? ਇੱਥੇ ਇਹ ਮੀਟਿੰਗ ਹੀ, ਅਸੀਂ ਇਹਨੂੰ ਮੀਟਿੰਗ ਹੀ ਕਹਿੰਦੇ ਆ। ਥੈਂਕ ਯੂ ਸੋ ਮਚ, ਕਿੱਥੇ ਨੇ? ਮੈਂ ਹਾਏ ਕਰ ਦਿੰਦਾ ਇੱਥੇ। ਆ ਜਾਓ। ਆ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਸਰ ਜੀ। ਥੈਂਕ ਯੂ, ਇੱਥੇ ਜਾਗੋ ਹੈ, ਅਸੀਂ ਜਾਗੋ ਵੀ ਕੱਢ ਲਾਂਗੇ।
थैंक यू, आ जाओ आ जाओ, कोई नहीं, मैं सत श्री अकाल कह देना कितने नहीं की नाम है, मैं नवदीप, मनप्रीत, थैंक यू, सत श्री अकाल। चलो गॉड ब्लेस यू, गॉड ब्लेस यू, थैंक यू सो मच। और कोई सुनाना होवे जे ਤੁਸੀਂ ਸੁਣਨਾ ਤਾਂ ਸੁਣਾ ਦਿਓ। ਸੁਣਾਓ ਸੁਣਾਓ, ਤੁਹਾਡਾ ਸ਼ੋਅ ਹੈ ਜੀ, ਇਹਨਾਂ ਨੂੰ ਤੁਸੀਂ ਸੁਣਾਉਣਾ ਕੁਝ, ਇਹ ਕੱਲੀ ਕੱਲੀ ਬਹੁਤ ਹੈ। ਚਲੋ ਸੋਚ ਲਿਆ, ਸੋਚ ਲਿਆ, ਸੋਚ ਲਾਂ। ਅੱਛਾ ਸੋਚ ਲਓ, ਛੇਤੀ ਸੋਚੋ, ਸਾਡੀ ਰੀਲ ਮੁੱਕ ਜਾਣੀ ਜੀ। ਆ ਨੋ ਨਹੀਂ ਖਾਈ, ਚੇਤਾ ਹੀ ਨਹੀਂ ਆਂਦਾ ਪਿਆ ਤੁਹਾਨੂੰ ਵੇਖ ਕੇ। ਹਾਂ ਬਾਥਰੂਮ ਇੱਧਰ ਹੈ, ਕਿੱਥੇ ਰਹਿੰਦੇ ਹੋ? ਗੋਹਾਣਾ ਸੇ ਆਏ ਹਾਂ, ਚੀਕਾ ਰਹਿੰਦੇ ਹਾਂ। ਗੋਹਾਣਾ ਸੇ ਆਏ ਹੈ, ਚੀਕਾ ਰਹਿੰਦੇ ਹਾਂ। ਪਰਿਵਾਰ ਚ ਕੌਣ ਕੌਣ? ਮੰਮੀ ਹੈ, ਪਾਪਾ ਹੈ, ਦੇਵਰ ਹੈ ਤੇ ਹਸਬੈਂਡ ਬੱਚੇ। ਅੱਛਾ ਮੰਮੀ ਹੈ, ਪਾਪਾ ਹੈ, ਦੇਵਰ ਹੈ, ਹਸਬੈਂਡ ਹੈ, ਬੱਚੇ ਹੈ। ਫਿਰ ਤਾਂ ਪੂਰੇ ਹੋ ਗਏ ਸਾਰੇ। ਕਿੰਨੇ ਜਵਾਕ? ਇੱਕ ਹੀ ਬੇਟਾ ਸਰ। ਇੱਕ ਬੇਟਾ ਹੈ, ਬਹੁਤ ਵਧੀਆ। ਕਿਹੜੀ ਕਲਾਸ? ਛੋਟਾ ਅਜੇ ਹੋਊਗਾ? ਹਾਂਜੀ ਹਾਂਜੀ। ਚਲੋ ਵਧੀਆ, ਕਦੋਂ ਹੋਇਆ ਵਿਆਹ? 2016 ਚ। 2016 ਚ? ਹਾਂਜੀ। ਓਕੇ ਓਕੇ, ਥੋੜੀ ਉਮਰ ਛੇਤੀ ਨਹੀਂ ਕਰਾ ਲਿਆ? ਹੋ ਗਿਆ ਜੀ, ਲਵ ਮੈਰਿਜ। ਚਲੋ ਬਾਬਾ ਭਾਗ ਲਾਵੇ, ਖੁਸ਼ ਰਹੋ, ਗੋਡ ਬਲੈਸ ਯੂ ਬਹੁਤ। ਸੁਣਾਓ, ਅਗਰ ਇੱਕ ਤੁਸੀਂ ਕੋਈ ਗਾਣਾ ਡੈਡੀਕੇਟ ਕਰਨਾ ਹੋਵੇ ਆਪਣੇ ਹਸਬੈਂਡ ਨੂੰ, ਕਿਹੜਾ ਗਾਣਾ ਡੈਡੀਕੇਟ ਕਰੋਗੇ? ਉਧਰ ਦੇਖਿਓ, ਟੀਵੀ ਦੇਖ ਰਹੇ ਸਰ। ਮੈਂ ਤਾਂ ਬਸ ਜੋ ਸੌਂਗ ਤਿਆਰ ਕੀਤਾ ਉਹ ਹੀ ਗਾਵਾਂਗੀ। ਅੱਛਾ ਉਹ ਸੁਣਾ ਦੋ, ਸੁਣਾ ਦੋ। ਰਿਮ ਝਿਮ ਰਿਮ ਝਿਮ ਪੈਂਦੀਆਂ ਕਣੀਆਂ ਸੱਜਣਾ ਜਾਣ ਮਾਈਕ ਤਾਂ ਮੇਰੀ ਤੇ ਬਣੀਆਂ, ਸੱਜਣਾ ਜਾਣ ਮੇਰੀ ਹਿੱਤੇ ਬਣੀਆਂ, ਮੁੜ ਮੁੜ ਬੱਦਲ ਗਰਜਾ ਆ ਜਾ, ਮੇਰਾ ਦਿਲ ਨਹੀਂ ਉਹ ਲੱਗਦਾ ਸੋਹਣੀਆਂ, ਮੇਰਾ ਮਨ ਨਹੀਂ ਉਹ ਲੱਗਦਾ। ਗੋਡ ਬਲੈਸ ਯੂ, ਗੋਡ ਬਲੈਸ ਯੂ, ਗੋਡ ਬਲੈਸ ਯੂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਅਕਸ਼ਿਤਾ ਹੈ। ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ, ਤੇ ਇੱਥੇ ਪੜ੍ਹਦੇ ਹੋ ਜੀ ਕਾਲਜ ਦੇ ਵਿੱਚ? ਹਾਂਜੀ। ਕਿਹੜੀ ਕਲਾਸ ਮੇਰੀ ਭੈਣ? ਬੀਏ ਫਸਟ। ਕਿਆ ਬਾਤ ਹੈ, ਕਿਆ ਬਾਤ ਹੈ, ਪਲੱਸ ਟੂ 'ਚ ਕਿੰਨੇ ਪਰਸੈਂਟ ਨੰਬਰ ਸੀ? 64.2। ਤਾੜੀਆਂ ਤਾੜੀਆਂ ਬੱਚੇ ਲਈ, ਤਾੜੀਆਂ। ਕਿਆ ਬਾਤ ਹੈ, ਕਿਆ ਬਾਤ ਹੈ, ਫਿਰ ਤਾਂ ਫਸਟ 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 ਡਿਵੀਜ਼ਨ ਆਈ? ਨਹੀਂ ਨਹੀਂ, ਫਸਟ ਡਿਵੀਜ਼ਨ 60 ਤੋਂ ਉੱਪਰ ਫਸਟ ਡਿਵੀਜ਼ਨ ਹੁੰਦੀ ਹੈ। ਓਕੇ, ਹਾਂਜੀ ਹਾਂਜੀ ਹਾਂਜੀ। ਹੁਣ ਇੱਥੇ ਵਧੀਆ ਦਿਲ ਲੱਗ ਗਿਆ ਕਾਲਜ? ਹਾਂਜੀ। ਅੱਛਾ ਕੀ ਸੁਣਾਓਗੇ? ਸੌਂਗ। ਆਏ ਕਿਹੜਾ ਵਾਲਾ? ਹਸੀ ਹਸੀ। ਕਿਆ ਬਾਤ ਹੈ, ਮਾਰੇ ਤੁਹਾਡੇ ਹਮੇਸ਼ਾ ਹੀ ਤੁਹਾਡੇ ਪਰਿਵਾਰ ਦੇ ਉੱਤੇ, ਤੁਹਾਡੇ ਉੱਤੇ ਸਮਾਈਲ ਤੁਹਾਡੇ ਚਿਹਰੇ ਦੇ ਉੱਤੇ ਰਹੇ, ਤੁਸੀਂ ਹਮੇਸ਼ਾ ਖੁਸ਼ ਰਹੋ, ਤੁਹਾਨੂੰ ਮਾਰੇ ਬਹੁਤ ਸਾਰੀ ਤਰੱਕੀ ਦੇਣ। ਸੁਣਾਓ ਗਾਣਾ। ਮੈਂ ਜਾਣੀਏ ਵਾਰ ਦੂੰ, ਹਰ ਜੀਤ ਵੀ ਹਾਰ ਦੂੰ, ਕੀਮਤ ਹੋ ਕੋਈ ਤੁਝੇ ਬੇਇੰਤਹਾ ਪਿਆਰ ਦੂੰ, ਮੈਂ ਜਾਣੀਏ ਵਾਰ ਦੂੰ, ਹਰ ਜੀਤ ਵੀ ਹਾਰ ਦੂੰ, ਕੀਮਤ ਹੋ ਕੋਈ ਤੁਝੇ ਬੇਇੰਤਹਾ ਪਿਆਰ ਦੂੰ। ਥੈਂਕ ਯੂ, ਬਹੁਤ ਸੋਹਣਾ, ਬਹੁਤ ਸੋਹਣਾ, ਮਾਰੇ ਤੁਹਾਨੂੰ ਤਰੱਕੀ ਦੇਣ, ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ, ਕੀ ਨਾਮ ਹੈ ਤੁਹਾਡਾ? ਰੁਪਿੰਦਰ ਕੌਰ। ਰੁਪਿੰਦਰ, ਤੁਸੀਂ ਕਿਹੜੀ ਕਲਾਸ ਤੋਂ ਜੀ? ਬੀਏ ਫਾਈਨਲ। ਬੀਏ ਫਾਈਨਲ ਹੀ ਹੈ? ਹਾਂਜੀ। ਓਕੇ, ਕਿਹੜੇ ਕਿਹੜੇ ਸਬਜੈਕਟ ਨੇ ਜੀ? ਸਾਡੇ ਕੋਲ ਇਕਨੋਮਿਕਸ, ਹਿੰਦੀ, ਇੰਗਲਿਸ਼ ਐਂਡ ਪੰਜਾਬੀ। ਓਕੇ ਓਕੇ ਓਕੇ, ਤੇ ਕੀ ਹੌਬੀਜ਼ ਕੀ ਨੇ ਜੀ? ਰੀਡਿੰਗ, ਸਿੰਗਿੰਗ। ਕੀ ਸੁਣਾਓਗੇ? ਸੌਂਗ ਅੱਜ। ਆ ਦੋ। ਬੋਏਜ਼ ਤੇ ਆ ਪਲੀਜ਼ ਮਾਈਂਡ ਨਾ ਕਰਿਓ। ਮੁੰਡਿਆਂ ਦੇ ਕਹਿੰਦੇ ਮਾਈਂਡ ਨਾ ਕਰਿਓ, ਮਾਈਂਡ ਕੀ ਕਰਨਾ, ਮਾਈਂਡ ਹੁੰਦੇ ਨਹੀਂ ਸਾਡਾ। ਸਾਡਾ ਮਾਈਂਡ ਹੁੰਦਾ ਪੜ੍ਹ ਕੇ ਲੱਗਣਾ ਜਾਂਦੇ ਜੀ ਕਿਤੇ।
ਸਾਡਾ ਕੋਈ ਮਾਈਂਡ ਨਹੀਂ, ਜੋ ਮਰਜ਼ੀ ਬੋਲੀ ਚਲੋ ਜੀ, ਆਓ ਜੀ। ਕਹਿੰਦਾ ਬਚਣਾ ਨੀ ਮੈਂ ਮੇਰੀ ਮੇਰੀ ਬਸ ਤੂੰ, ਜਦੋਂ ਖੋਲਾਂ ਮੈਂ ਕਿਤਾਬਾਂ ਵਿੱਚੋਂ ਦਿਸਦੀ ਏ ਤੂੰ, ਜਦੋਂ ਖੋਲਾਂ ਮੈਂ ਕਿਤਾਬਾਂ ਵਿੱਚੋਂ ਦਿਸਦੀ ਏ ਤੂੰ। ਕਾਤੋਂ ਕੀਤਾ ਕੁੜੀਆਂ ਪਿੱਛੇ ਮੰਦਾ ਹਾਲ ਵੇ ਮੁੰਡਿਓ, ਕਿਉਂ ਨੀ ਕਰਦੇ ਤੁਸੀਂ ਮਾਪਿਆਂ ਦਾ ਸਤਿਕਾਰ ਵੇ ਮੁੰਡਿਓ, ਕਰਨਾ ਸਿੱਖ ਲਓ ਇੰਜ ਮਾਪਿਆਂ ਦਾ ਸਤਿਕਾਰ ਵੇ ਮੁੰਡਿਓ। ਸਤਿ ਸ਼੍ਰੀ ਅਕਾਲ ਜੀ, ਮਾਈਕ ਮਾਈਕ ਮੇਰਾ ਵੀ, ਕੀ ਨਾਂ ਤੁਹਾਡਾ? ਸਾਹਿਲ। ਸਾਹਿਲ, ਸਾਹਿਲ ਕੀ ਸੁਣਾਓਗੇ ਜੀ? ਇੱਕ ਗਾਣਾ ਕਿਸੇ ਨੂੰ ਮਨਾਉਣ ਵਾਸਤੇ, ਕਦੇ ਆਵੇ। ਮੈਂ ਕਿਹਾ ਕੀ ਸੁਣਾਓਗੇ? ਕਹਿੰਦਾ ਗਾਣਾ ਹੈ ਕਿਸੇ ਨੂੰ ਮਨਾਉਣ ਵਾਸਤੇ। ਨਾ ਮਨਾਓ ਮਨਾਓ, ਆ ਪ੍ਰੋਗਰਾਮ ਤਾਂ ਹੀ ਚਲਾਇਆ ਵੀ ਮਨਾਮ ਨੂੰ ਲਿਆ ਕਰੋ। ਮਨਾਓ ਮਨਾਓ, ਕਦੇ ਆਵੇ ਕਦੇ ਜਾਵੇ, ਜਿਹਨੂੰ ਮਨਾਉਣ ਡਿਆ ਉਹ ਤੇ ਉਧਰ ਆ, ਮੈਨੂੰ ਪਤਾ ਕੈਮਰਾ ਇਧਰ। ਕਦੇ ਆਵੇ ਕਦੇ ਜਾਵੇ, ਮੇਰੇ ਸੁਪਨੇ ਚ ਗੇੜੇ ਲਾਵੇ, ਸਾਰੀ ਸਾਰੀ ਰਾਤ ਤੇਰੇ ਖਿਆਲਾਂ ਵਿੱਚ ਖੋਇਆ ਰਵਾਂ, ਕਰਦਾ ਹਾਂ ਕੁਛ ਹੋ ਜਾਂਦਾ ਹੋਰ ਦੱਸ ਕੀ ਕਰਾਂ, ਤਰਸਾਂ ਤੇਰੀ ਦੀਦ ਨੂੰ ਤੂੰ ਸੱਚਮੁੱਚ ਸਾਹਮਣੇ ਆ ਜਾਵੇ। ਕਦੇ ਆਵੇ ਕਦੇ ਜਾਵੇ, ਮੇਰੇ ਸੁਪਨੇ 'ਚ ਗੇੜੇ ਲਾਵੇ। ਕੀ ਨਾਂ ਤੁਹਾਡਾ? ਹਰਮੀਤ। ਹਰਮੀਤ, ਹਰਮੀਤ ਓਕੇ, ਕੀ ਹੌਬੀਜ਼ ਨੇ ਹਰਮੀਤ? ਗੱਲਾਂ ਤੇ ਗੀਤ। ਗੱਲਾਂ ਤੇ ਗੀਤ, ਹਾਂਜੀ ਓਕੇ, ਸੁਣਾਓ ਫਿਰ। ਸ਼ੇਰ ਹੈ ਤੁਹਾਡੇ ਵਾਸਤੇ ਇੱਕ। ਅੱਛਾ ਸ਼ੇਰ, ਆਉਣ ਦਿਓ ਜੀ। ਹਾਂਜੀ। ਕਿੱਥੇ ਜਾਈ ਜਾਂਦਾ ਸਾਡਾ ਵਿਰਸਾ ਪੰਜਾਬੀਆਂ ਦਾ, ਕਿੱਥੇ ਜਾਈ ਜਾਂਦਾ ਵਿਰਸਾ ਸਾਡਾ ਪੰਜਾਬੀਆਂ ਦਾ, ਐਵੇਂ ਕੁੜੀਆਂ ਨੂੰ ਵੇਖ ਮੂੰਹ ਚਮਕਾਈ ਫਿਰਦੇ ਨੇ, ਪਹਿਲਾਂ ਰੱਖਦੇ ਸੀ ਖੁੰਡੀਆਂ ਮੁੱਛਾਂ, ਪਹਿਲਾਂ ਰੱਖਦੇ ਸੀ ਖੁੰਡੀਆਂ ਮੁੱਛਾਂ, ਹੁਣ ਕੁੱਤਿਆਂ ਵਾਂਗੂ ਵਾਲ ਖੜੇ ਕਰਾਈ ਫਿਰਦੇ ਨੇ। ਫਿਰ ਸਵਾਗਤ ਹੈ ਤੁਹਾਡੇ ਆਪਣੇ ਫੇਵਰੇਟ ਸ਼ੋਅ ਕੰਟੀਨਿਊ ਮੰਡੀਰ ਦੇ ਵਿੱਚ। ਡੀ ਏ ਵੀ ਕਾਲਜ ਗੋਲਾ ਚੀਕਾ ਡਿਸਟ੍ਰਿਕਟ ਕੈਥਲ ਹਰਿਆਣਾ ਦੇ ਵਿੱਚ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਨੇ, ਅਤੇ ਆਓ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਂ ਹੈ ਤੁਹਾਡਾ? ਨਵਜੋਤ ਕੌਰ। ਓਕੇ ਜੀ, ਕੀ ਤੁਹਾਡੇ ਕੀ ਸ਼ੌਂਕ ਨੇ ਜੀ? ਮੇਰਾ ਡਾਂਸ। ਕਿਹੜੇ ਈਅਰ 'ਚ ਦਾਖਲਾ ਇੱਥੇ? ਸੈਕਿੰਡ ਫਾਈਨਲ। ਦੇਖ ਲਓ ਅਜੇ ਵੀ ਕੀ ਮਤਲਬ ਬੀ ਏ ਫਸਟ ਝੂਠ ਤਾਂ ਨਹੀਂ? ਬੀ ਏ ਫਸਟ ਨਾਲੇ ਕਹਿੰਦੇ ਸੈਕਿੰਡ ਨਾਲੇ ਚਾ ਤਾਂ ਬੀ ਏ ਫਾਈਨਲ ਆ ਹੁਣ। ਅੱਛਾ ਅੱਛਾ, ਪੱਕੀ ਗੱਲ ਹੈ ਜੀ? ਹਾਂਜੀ। ਸੈਕਿੰਡ ਈਅਰ 'ਚ ਕਿੰਨੇ ਨੰਬਰ ਆਏ? 64। ਅੱਛਾ, ਝੂਠ ਹੈ ਕਿ ਸੱਚ ਹੈ ਜੀ? ਸੱਚ ਹੈ। ਅੱਛਾ ਫਿਰ ਠੀਕ ਹੈ ਜੀ, ਠੀਕ ਠੀਕ। ਪਰਿਵਾਰ 'ਚ ਕੌਣ ਕੌਣ ਤੁਹਾਡੇ? ਮੰਮੀ, ਪਾਪਾ, ਦਾਦਾ ਜੀ, ਦਾਦੀ ਜੀ, ਸਿਸਟਰ, ਬ੍ਰਦਰ ਐਂਡ ਮੈਂ। ਓਕੇ ਜੀ ਓਕੇ, ਕਿੰਨੇ ਜਣੇ ਹੋ ਗਏ? 7। ਓਕੇ 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 ਓਕੇ, ਬਹੁਤ ਵਧੀਆ ਬਹੁਤ ਵਧੀਆ। ਭੈਣ ਭਰਾ ਛੋਟੇ ਕਿ ਵੱਡੇ ਨੇ? ਹਾਂਜੀ ਛੋਟੇ ਨੇ। ਓਕੇ, ਕਿਹੜੀ ਕਲਾਸ ਹੈ ਵੀਰਾ? 4th। ਓਕੇ, ਤੇ ਭੈਣ? ਉਹ 10th। 10th? ਹਾਂਜੀ। ਓਕੇ ਓਕੇ, ਉਹਨਾਂ ਦੇ ਬੋਰਡ ਦੇ ਐਗਜ਼ਾਮ ਜੀ ਪੈ ਗਏ ਕਿ ਪੈਣੇ ਆ? ਪੈਣੇ ਨੇ। ਓਕੇ ਓਕੇ ਓਕੇ, ਤੁਹਾਡਾ ਏਮ ਕੀ ਹੈ ਜ਼ਿੰਦਗੀ ਦਾ? ਮੇਰਾ ਤੇ ਡਾਂਸਰ ਬਣਨਾ। ਓਕੇ ਚਲੋ, ਬਹੁਤ ਵਧੀਆ, ਮਾਰੇ ਭਾਗ ਲਾਉਣ। ਤੇ ਕਿਹੜੇ ਗਾਣੇ ਦੇ? ਕੋਈ ਵੀ ਗਾਣਾ ਚਲਾ ਦਈਏ? ਨਹੀਂ, ਤੁਹਾਡਾ ਹੀ ਸੌਂਗ ਹੈ ਲੱਖ ਲਾਨ ਤਾਂ। ਓਕੇ ਜੀ ਓਕੇ। ਬੋਲਿਆ ਕਰ ਛੋਰੀ ਰਹਿ, ਇਸ ਦੇਸੀ ਕੀ ਫੈਨ ਹੈ ਦੁਨੀਆ ਹੋਰੀ ਰਹਿ, ਮੇਰੀ ਮਾਂ ਬੋਲੇ ਜੋ ਬੋਲੀ ਉਹ ਨਾ ਛੱਡੂ ਮੈਂ,
ਜਾਂ ਮੇਰੀ ਤਰਫ ਤੇ ਕਲੀਅਰ ਮੈਡਮ ਸੋਰੀ ਰਹਿ ਉਹ ਦੇਸੀ ਦੇਸੀ ਨਾ ਬੋਲਿਆ ਕਰ ਛੋਰੀ ਰਹਿ ਇਸ ਦੇਸੀ ਕੀ ਫੈਨ ਦੁਨੀਆ ਹੋ ਰਹੀ ਹੈ ਕੀ ਬਾਤ ਹੈ ਦੇਸੀ ਕੀ ਬਾਤ ਹੈ ਕਹਿਣ ਵੀਰੇ ਤੂੰ ਸਾਰੇ ਜਾਣਦੇ ਆ ਪਿੰਡ ਤਾਂ ਦੱਸ ਦਿਓ ਕਿਹੜਾ ਤੁਹਾਡਾ ਮੇਰਾ ਪਿੰਡ ਸਾਰਚੂਰ ਹੈ ਜ਼ਿਲ੍ਹਾ ਗੁਰਦਾਸਪੁਰ ਗੁਰਦਾਸਪੁਰ ਕਿੱਥੇ ਪੈਂਦਾ ਜ਼ਿਲ੍ਹਾ ਗੁਰਦਾਸਪੁਰ ਕਹਿੰਦੇ ਜ਼ਿਲ੍ਹਾ ਗੁਰਦਾਸਪੁਰ ਠੀਕ ਹੈ ਵੀਰੇ ਕੀ ਨਾਂ ਹੈ ਤੁਹਾਡਾ ਨੇਹਾ ਹਾਂਜੀ ਨੇਹਾ ਵਰਮਾ ਅੱਛਾ ਉੱਚੀ ਬੋਲੋ ਜੀ ਉੱਚੀ ਆਪਣਾ ਹੀ ਨਾਂ ਤੁਹਾਡਾ ਹਾਂਜੀ ਫਿਰ ਉੱਚੀ ਬੋਲੋ ਜੀ ਐਕਚੁਅਲੀ ਮੈਂ ਕਹਿਣਾ ਸੀ ਮੈਂ ਤੁਹਾਡੀ ਬਹੁਤ ਵੱਡੀ ਫੈਨ ਹਾਂ ਮੈਂ ਅੱਜ ਤੋਂ 5 ਸਾਲ ਪਹਿਲਾਂ ਜਦੋਂ ਮੈਂ ਕਾਲਜ 'ਚ ਪੜ੍ਹਦੀ ਹੁੰਦੀ ਸੀ ਮੈਂ ਉਦੋਂ ਤੋਂ ਤੁਹਾਡਾ ਪ੍ਰੋਗਰਾਮ ਦੇਖ ਰਹੀ ਹਾਂ ਔਰ ਮੇਰੇ ਕਰਕੇ ਮੇਰੇ ਮੰਮੀ ਵੀ ਔਰ ਮੇਰੀ ਪੂਰੀ ਫੈਮਿਲੀ ਤੁਹਾਡਾ ਪ੍ਰੋਗਰਾਮ ਦੇਖ ਰਹੇ ਨੇ ਆਏ ਨੇ ਆਂਟੀ ਮੈਨੂੰ ਹਾਂਜੀ ਆਏ ਨੇ ਬੁਲਾਓ ਜੀ ਕਿੱਥੇ ਸਭ ਨੂੰ ਮੈਂ ਲਗਾਇਆ ਤੁਹਾਡਾ ਪ੍ਰੋਗਰਾਮ ਵੇਖਣ ਵਾਸਤੇ ਔਰ ਮੇਰੇ 5 ਸਾਲ ਤੋਂ ਮੈਂ ਸੋਚ ਰਹੀ ਸੀ ਕਿ ਮੈਂ ਤੁਹਾਨੂੰ ਮਿਲਾਂ ਮੈਨੂੰ ਬਹੁਤ ਦਿਲ ਦੀ ਖੁਆਇਸ਼ ਸੀ ਔਰ ਜਦ ਮੰਮੀ ਦੀ ਵਜ੍ਹਾ ਤੋਂ ਮੈਨੂੰ ਕਾਲਜ ਵਾਲਿਆਂ ਨੇ ਮੈਨੂੰ ਆਫਰ ਕੀਤਾ ਤੇ ਮੈਂ ਆਪਣੀ ਜੋਬ ਛੱਡ ਕੇ ਸਪੈਸ਼ਲ ਤੁਹਾਡੇ ਵਾਸਤੇ ਅੱਜ ਇੱਥੇ ਆਈ ਹਾਂ ਇਹ ਮਾਤਾ ਜੀ ਦਾ ਦੁਆਵਾਂ ਨੇ ਜੀ ਉਹਨਾਂ ਦਾ ਆਸ਼ੀਰਵਾਦ ਹੈ ਬੜੀ ਬੜੀ ਕਿਰਪਾ ਬੜੀ ਕਿਰਪਾ ਤੁਹਾਨੂੰ ਪਰਮਾਤਮਾ ਬਹੁਤ ਲੰਬੀ ਉਮਰ ਦੇ ਅਸੀਂ ਤੁਹਾਡੇ ਬਹੁਤ ਵੱਡੇ ਫੈਨ ਆ ਸਾਡਾ ਸਾਰਾ ਪਰਿਵਾਰ ਵਾਹਿਗੁਰੂ ਔਰ ਮੇਰੀ ਬੇਟੀ ਬਹੁਤ ਵੱਡੀ ਫੈਨ ਹੈ ਤੁਹਾਡੀ ਥੈਂਕ ਯੂ ਸੋ ਮਚ ਮੈਂ ਤੁਹਾਡਾ ਪੋਤਾ ਜੀ ਤੁਹਾਡਾ ਆਸ਼ੀਰਵਾਦ ਹਮੇਸ਼ਾ ਮੇਰੇ ਨਾਲ ਹੈ ਥੈਂਕ ਯੂ ਸੋ ਮਚ ਬੜੀ ਕਿਰਪਾ ਬੜਾ ਚੰਗਾ ਲੱਗਿਆ ਜੀ ਤੁਸੀਂ ਅੱਜ ਆਏ ਜੀ ਬੜਾ ਚੰਗਾ ਥੈਂਕ ਯੂ ਥੈਂਕ ਯੂ ਮੈਨੂੰ ਮੌਕਾ ਮਿਲਿਆ ਤੇ ਮੈਂ ਦੋ ਲਾਈਨਾਂ ਬੋਲਣਾ ਚਾਹਾਂਗੀ ਪਹਿਲੇ ਸ਼ਿਖਰ ਦੁਪਹਿਰ ਵਿੱਚ ਚੱਲਦੀਆਂ ਪੱਖੀਆਂ ਬੈਠ ਕੇ ਤਰਿੰਜਣਾ ਚ ਸੋਹਣੀਆਂ ਸੁਨੱਖੀਆਂ ਨੀ ਤੂੰ ਸਾਰਿਆਂ ਚੋਂ ਸਿਰੇ ਦੀ ਰਕਾਨ ਤੂੰ ਫੁਲਕਾਰੀ ਕੱਢਦੀ ਕੱਢੇ ਤੇਰੀ ਫੁਲਕਾਰੀ ਸਾਡੀ ਜਾਨ ਤੂੰ ਫੁਲਕਾਰੀ ਕੱਢਦੀ ਨੀ ਤੂੰ ਫੁਲਕਾਰੀ ਕੱਢਦੀ ਵਾਹ 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 ਕਿਰਪਾ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਨਾਂ ਹੈ ਤੁਹਾਡਾ ਦਇਰਾਮ ਤਰ ਵਾਲਿਆ ਓਕੇ ਕੀ ਸੁਣਾਓਗੇ ਗਾਣਾ ਸੁਣਾਓਗੇ ਜੀ ਹਾਂਜੀ ਗਾਣਾ ਸੁਣਾਵਾਂਗੇ ਸੁਣਾਓ ਪਹਿਲਾਂ ਥੋਕ ਦੋ ਕਮਾਈਏ ਸੁਣਾਓ ਉਸਤਾਦ ਸ਼੍ਰੀ ਦੇ ਕਹਿੰਦਾ ਜਿਹੜੇ ਮੱਲ ਨੇ ਅਖਾੜੇ ਵਿੱਚ ਨਿੱਟ ਤੇ ਢਹਿਣਾ ਉਹਨੂੰ ਘਿਓ ਖਵਾਉਣ ਦਾ ਕੀ ਫਾਇਦਾ ਉਹ ਜਿਹੜੇ ਬੋਲ ਨੇ ਸੀਨੇ ਵਿੱਚ ਛੇਕ ਕਰਦੇ ਐਸੇ ਬੋਲਾਂ ਨੂੰ ਗਾਉਣ ਦਾ ਕੀ ਫਾਇਦਾ ਜੋ ਅੱਜ ਕੱਲ੍ਹ ਦੀ ਗਾਇਕੀ ਚੱਲ ਰਹੀ ਹੈ ਮੇਰੇ ਵੀਰੋ ਉੱਥੇ ਮੈਂ ਚਾਰ ਲੈਣਾ ਮੇਰੇ ਉਸਤਾਦ ਸ਼੍ਰੀ ਸਾਹਿਬ ਪਨਗੋਟਾਂ ਦੀਆਂ ਲੈਣਾ ਤੁਹਾਡੇ ਸਾਹਮਣੇ ਤੁਸੀਂ ਸਾਰਿਆਂ ਨੇ ਸੁਣਿਆ ਹੋਇਆ ਹੇ ਦੁਨੀਆ ਮੇਰੇ ਮਾਲਕਾ ਓਏ ਪੈ ਗਈ ਕਿਹੜੇ ਰਾਹ ਓ ਸਮਝ ਨਹੀਂ ਆਉਂਦੀ ਮਾਲਕਾ ਕੀ ਗੈ ਜਮਾਨਾ ਆ ਓ ਭੁੱਲ ਬੈਠੇ ਨੇ ਵਿਰਸਾ ਆਪਣਾ ਸ਼ਰਮਾ ਨੇ ਹੁਣ ਲਾਈਆਂ ਓ ਕੀ ਬਣੂਗਾ ਇਸ ਦੁਨੀਆ ਦਾ ਦੱਸ ਮੇਰੇ ਆਸਾਈਆਂ ਓ ਕੀ ਬਣੂਗਾ ਇਸ ਦੁਨੀਆ ਦਾ ਦੱਸ ਮੇਰੇ ਆਸਾਈਆਂ ਗੋਡ ਬਲੈਸ ਯੂ ਬਾਬਾ ਕਿਰਪਾ ਕਰੇ ਬਾਬਾ ਕਿਰਪਾ ਕਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਕੀ ਨਾਂ ਹੈ ਤੁਹਾਡਾ ਗੁਰਪ੍ਰੀਤ ਸਿੰਘ ਜੋਸਤਨ ਜੀ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਓਕੇ ਓਕੇ ਤੁਹਾਡੇ ਫਾਦਰ ਸਾਹਿਬ ਦਾ ਨਾਮ ਸੁਖਦੇਵ ਸਿੰਘ ਤਾਂ ਨਹੀਂ ਹਾਂਜੀ ਉਹ ਮੈਂ ਜਾਣਦਾ ਯਾਰ ਉਹਨਾਂ ਨੂੰ ਕਿੱਦਾਂ ਜੀ ਉਹ ਮੈਂ ਆਈਡੀ ਕਾਰਡ ਤੋਂ ਨਾਮ ਪੜਿਆ ਇਹ ਤੁਹਾਡਾ ਸ਼ੌਂਕ ਹੈ ਜੀ ਹਾਂਜੀ ਸ਼ੌਂਕ ਹੈ ਜੀ ਮੈਂ ਫੜਦਾ ਜੀ ਆ ਜਾਓ ਜੀ ਜਾਵਾਂ ਜੀ ਅੰਕਲ ਜੀ ਦਾ ਕੀ ਹਾਲ ਚਾਲ ਹੈ ਠੀਕ ਹੈ ਜੀ ਮੈਂ ਜਾਣਦਾ ਉਹਨਾਂ ਨੂੰ ਹਾਂਜੀ ਲੱਗ ਗਿਆ ਪਤਾ ਬਹੁਤ ਵਧੀਆ ਥੈਂਕ ਯੂ ਸੋ ਮਚ ਜੀ ਤੁਹਾਡਾ ਨੰਬਰ 94662 ਜੀ ਰੋਡ ਢਾਲੀ ਹੈ ਜੀ ਗੋਡ ਬਲੈਸ ਯੂ ਭਾਜੀ ਤੋ ਬਖਸ਼ੋ ਜੋ ਇੱਕ ਛੋਟੇ ਜਿਹੇ ਬ੍ਰੇਕ ਦਾ ਬਹੁਤ ਸਾਰਾ ਟੈਲੈਂਟ ਹੈ ਜੇ ਇੱਥੇ ਤੁਹਾਨੂੰ ਅਸੀਂ ਦਿਖਾਉਣਾ ਕਿਤਨਾ ਜਾਇਓ ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਕੀ ਨਾਂ ਹੈ ਤੁਹਾਡਾ ਲਵਪ੍ਰੀਤ ਕੌਰ ਸਰ ਓਕੇ ਜੀ ਇੱਥੇ ਰਹਿੰਦੇ ਹੋ ਹਾਂਜੀ ਇੱਥੇ ਬੁਟਾਣਾ ਪੜਤਾ ਓਕੇ ਕਿਹੜਾ ਕੋਰਸ ਜੁਆਇਨ ਕੀਤਾ ਜੀ ਇੱਥੇ ਬੀਏ ਫਾਈਨਲ ਓਕੇ ਜੀ ਪੜ੍ਹਾਈ ਵਧੀਆ ਚੱਲੀ ਜਾਂਦੀ ਹਾਂਜੀ ਵਧੀਆ ਪਰਿਵਾਰ 'ਚ ਕੌਣ ਕੌਣ ਜੀ ਜੁਆਇੰਟ ਫੈਮਿਲੀ ਆ 12 ਜਣੇ ਅਸੀਂ 12 ਜਣੇ ਥੋੜੇ ਹੀ ਆ ਜੀ ਹਾਂਜੀ ਹਾਂਜੀ ਜੀ ਉਹ ਵੀ ਜ਼ਿਆਦਾ ਹੀ ਲੱਗਦੇ ਆ ਜਦੋਂ ਖੱਪ ਪੈਂਦੀ ਆ ਅੱਛਾ ਅੱਛਾ ਜੀ ਆਪ ਆਪਸ 'ਚ ਬਾਈਤੇ ਹੋਵੋਗੇ ਜੀ ਹਾਂਜੀ 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 ਕਦੇ ਮੰਮੀ ਪਾਪਾ ਦੀ ਤਾਇਆ ਤਾਈ ਜੀ ਦੀ ਉਹਨਾਂ ਦੀ ਜ਼ਿਆਦਾ ਹੁੰਦੀ ਆ ਤਾਇਆ ਤਾਈ ਜੀ ਦੀ ਠੀਕ ਹੈ ਜੀ ਚਲੋ ਵਧੀਆ ਰੋਟੀਆਂ ਕਿੰਨੀਆਂ ਪੱਕਦੀਆਂ ਜੀ ਰਾਤ ਨੂੰ ਜੀ 35 45 35 45 ਹਾਂਜੀ ਓਕੇ ਜੀ ਇਹ ਕਿਵੇਂ 35 45 ਕਿਵੇਂ ਜੀ
ਕਦੇ ਕਦੇ ਇੱਕ ਦੋ ਜਣਾ ਬਾਹਰ ਜਾ ਰਿਹਾ ਹੁੰਦਾ ਫਿਰ ਦੱਸ ਫਿਰ ਉਹਨੂੰ ਬਾਹਰ ਹੀ ਉਹਨੂੰ ਫੋਨ ਕਰ ਦੇਣਾ ਵੀ ਬਾਹਰ ਹੀ ਖਾ ਲਾ ਹਾਂਜੀ ਹਾਂਜੀ ਓਕੇ 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 ਕੀ ਸੁਣਾਓਗੇ ਜੀ ਸੌਂਗ ਵੀ ਸੁਣਾਨੀ ਆ ਪਹਿਲਾਂ ਇਹ ਦੇਣੀ ਆ MH1 ਤੇ ਤੁਹਾਨੂੰ ਵੈਲਕਮ ਗਿਫਟ ਐਵੇਂ ਖੋਲਦਾ ਥੋੜਾ ਕਿਵੇਂ ਖੋਲਦਾ ਜੀ ਸਾਨੂੰ ਤਾਂ ਆਉਂਦੇ ਨਹੀਂ ਜੀ ਹਾਂਜੀ ਐਵੇਂ ਖੋਲਦਾ ਥੈਂਕ ਯੂ ਫਾਰ ਕਮਿੰਗ ਅੱਛਾ ਅੱਛਾ ਇੱਧਰ ਟਾਈ ਲੱਗੀ MH1 ਥੈਂਕ ਯੂ ਫਾਰ ਕਮਿੰਗ MH1 ਦਾ ਲੱਗਾ ਹੋਇਆ ਅੰਦਰੋਂ ਨਹੀਂ ਸੋਹਣਾ ਬਣਿਆ ਉਹ ਵਧੀਆ ਵਧੀਆ ਨਹੀਂ ਬਣਿਆ ਅੰਦਰੋਂ ਉਹ ਮੇਰੇ ਲਈ ਬਹੁਤ ਵਧੀਆ ਮੈਂ ਜਿੰਮੀ ਚੂ ਆਏ ਐਵੇਂ ਨਾ ਖਰਾਬ ਕਰੋ ਇਹਨੂੰ ਜਿੰਮੀ ਚੂ ਅੱਛਾ ਹਾਂ ਤਾਂ ਪੜਨ ਦਾ ਦੋ ਜੀ ਲਿਖਿਆ ਕੀ ਅੰਦਰ ਉਹ ਫੇਰ ਪੜ ਲਿਓ ਤੁਸੀਂ ਨਹੀਂ ਹੁਣ ਪੜਨ ਦੋ ਜੀ ਸਾਰੇ ਸਾਹਮਣੇ ਨਾਲੇ ਸਾਰੇ ਸੁਣ ਲੈਣਗੇ ਤੁਸੀਂ ਕਾਲੇ ਹੋ ਜਾਓਗੇ ਨਾ ਧੁੱਪ 'ਚ ਖੜ ਕੇ ਨਹੀਂ ਮੈਨੂੰ ਪੌਣਾ ਘੰਟਾ ਹੋ ਗਿਆ ਤੁਹਾਨੂੰ ਹੁਣੇ ਫਿਕਰ ਹੋਈ ਜੀ ਫਿਕਰ ਤਾਂ ਪਹਿਲਾਂ ਦੀ ਵੀ ਆ ਸਬਰ ਇੱਕ ਐਸੀ ਸਵਾਰੀ ਹੈ ਉਹ ਖੜਦਾ ਜਿੰਮੀ ਚੂ ਹੈ ਹਾਂਜੀ ਸਬਰ ਇੱਕ ਐਸੀ ਸਵਾਰੀ ਹੈ ਜੋ ਆਪਣੇ ਸਵਾਰ ਨੂੰ ਕਦੇ ਵੀ ਡਿੱਗਣ ਨਹੀਂ ਦਿੰਦੀ ਹਾਂਜੀ ਦੁਨੀਆ ਜਿੱਤਣ ਦਾ ਹੌਸਲਾ ਰੱਖ ਦੋਸਤ ਇੱਕ ਜਿੱਤ ਨਾਲ ਕੋਈ ਸਿਕੰਦਰ ਨਹੀਂ ਬਣਦਾ ਬਿਲਕੁਲ ਜੀ ਹਾਂਜੀ ਥੈਂਕ ਯੂ ਸੋ ਮਚ ਥੈਂਕ ਯੂ ਤੁਹਾਡੀ ਤਰੱਕੀ ਲਈ ਆ ਤੁਸੀਂ ਬਹੁਤ ਤਰੱਕੀ ਕਰਦੇ ਰਹੋ ਥੈਂਕ ਯੂ ਸੋ ਮਚ ਤੁਹਾਡੀਆਂ ਦੁਆਵਾਂ ਤੁਹਾਡੇ ਪਰਿਵਾਰ ਦੀਆਂ ਦੁਆਵਾਂ ਤੁਹਾਡਾ ਪਿਆਰ ਤੁਹਾਡਾ ਸਤਿਕਾਰ ਮੇਰੇ ਨਾਲ ਥੈਂਕ ਯੂ ਸੋ ਮਚ ਤੁਹਾਡੇ ਕਰਕੇ ਮੈਂ ਤੁਰਿਆ ਫਿਰਦਾ ਵਾਹਿਗੁਰੂ ਕਿਰਪਾ ਕਰੇ ਥੈਂਕ ਯੂ ਸੋ ਮਚ ਥੈਂਕ ਯੂ ਤੁਸੀਂ ਇੰਨਾ ਗੁੱਸਾ ਨਾ ਖਾਇਆ ਕਰੋ ਅੱਛਾ ਜੀ ਅੱਛਾ ਜੀ ਰੋਟੀ ਨਹੀਂ ਨਾ ਖਾਧੀ ਅੱਜ ਗੁੱਸਾ ਖਾਈ ਜਾਂਦਾ ਜੀ ਫਿਰ ਕੋਈ ਨਾ ਇੰਤਜ਼ਾਮ ਕੀਤਾ ਹੁਣ ਕੜੀ ਚੌਲ ਮੰਗਾਏ ਫਿਰ ਮੈਂ ਖਾਣਾ ਜੀ ਥੈਂਕ ਯੂ ਸੋ ਮਚ ਗੋਡ ਬਲੈਸ ਯੂ ਮਾਰੇ ਕਿ ਸੌਂਗਾ ਦਾ ਹਾਂਜੀ ਹਾਂਜੀ ਥੋੜੇ ਜੇ ਮੈਂ ਬਹਿ ਜੰਨਾ ਜੀ ਸੁਣਾਓ ਸੁਣਾਓ ਅੱਜ ਚਲੋ ਮੈਂ ਛੋਂ ਕਰ ਲੈਂਦੀ ਆ ਤੁਸੀਂ ਬਹਿ ਜਾਓ ਨਹੀਂ 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 ਸੁਣਾਓ ਸੁਣਾਓ ਬੋਇਸ ਤੇ ਆ ਜਿਹੜੇ ਮਤਲਬ ਕੁੜੀਆਂ ਤੇ ਆ ਕੇ ਕਮੈਂਟ ਕਰੀ ਜਾਂਦੇ ਆ ਬਾਰ-ਬਾਰ ਹਾਂਜੀ 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 ਮੌਸਮਾਂ ਦੇ ਵਾਂਗ ਫਿਰੇ ਰੰਗ ਚੇਂਜ ਕਰਦਾ ਜਾਣੀ ਖਾਣੀ ਉੱਤੇ ਦੱਸ ਕਾ ਤੋ ਫਿਰੇ ਮਰਦਾ ਸਾਥੀਓ ਦਾ ਵੀ ਨਹੀਂ ਤੂੰ ਨਿਭਾਉਣਾ ਸੋਹਣਿਆ ਸਾਥੀਓ ਦਾ ਵੀ ਨਹੀਂ ਤੂੰ ਨਿਭਾਉਣਾ ਸੋਹਣਿਆ ਜੀਦਿਆਂ ਰਾਹਾਂ 'ਚ ਫਿਰੇ ਹੁਣ ਖੜਦਾ ਤੈਨੂੰ ਨਾ ਜੇ ਸਾਡੀ ਲੋੜ ਸੋਹਣਿਆ ਦੱਸ ਸਾਡਾ ਕਿਹੜਾ ਤੇਰੇ ਬਿਨਾਂ ਨਹੀਂ ਉਹ ਸਰਦਾ ਬਹੁਤ ਵਧੀਆ ਥੈਂਕ ਯੂ ਕਿਰਪਾ ਕਰ ਮਾਰੇ ਮੇਰੀ ਫਰੈਂਡ ਨੇ ਲਿਖਿਆ ਸੌਂਗ ਉਹ ਬਹੁਤ ਸੋਹਣੇ ਸੋਹਣੇ ਗਾਣੇ ਲਿਖਦੀ ਆ ਸੁਖਪ੍ਰੀਤ ਤੇ ਸੋਹਣੀਆਂ ਇੱਕ ਨਹੀਂ ਤੋਂ ਵਿਆਹ 'ਚ ਗਈ ਆ ਉਹਨਾਂ ਨੂੰ ਵੀ ਹੈਲੋ ਬੋਲਦਾ ਓਕੇ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਜਿਹੜੇ ਵਿਆਹ ਤੇ ਗਏ ਨੇ ਜੀ ਥੈਂਕ ਯੂ ਤੁਹਾਨੂੰ ਨਹੀਂ ਸੱਦਿਆ ਵਿਆਹ ਤੇ ਨਹੀਂ ਉਹ ਯੂਪੀ 'ਚ ਗਏ ਨੇ ਪਈਆਂ ਵਿੱਚ ਚਲੋ ਭਈਏ ਵੀ ਆਪਣੇ ਨੇ ਜੀ ਬਹੁਤ ਵਧੀਆ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਗੋਡ ਬਲੈਸ ਯੂ ਗੋਡ ਬਲੈਸ ਯੂ ਆ ਤੁਸੀਂ ਆ ਥੈਂਕ ਯੂ ਸੋ ਮਚ ਜੀ ਸੋ ਹੁਣ ਤੁਹਾਨੂੰ ਦਿਖਾਉਣੇ ਆ ਜੀ ਇੱਕ ਗਰੁੱਪ ਡਾਂਸ ਇੰਜੋਏ ਕਰਿਓ ਜੀ ਰਾਹੇ ਰਾਹੇ ਨਿਰਾ ਜਗ ਰਾਵਾਂ ਦੇ ਨਿਰਾ ਜਗ ਰਾਵਾਂ ਦੇ ਮੁੰਡ ਪੜਨ ਕਾਲ ਜੇ ਜਾਵੇ ਨਿਰਾ ਵਿੱਚ ਕੁੜੀ ਟੱਕਰੀ ਅਰਾ ਵਿੱਚ ਕੁੜੀ ਟੱਕਰੀ ਮੁੰਡਾ ਦਿਲ ਦਾ ਹਾਲ ਸੁਣਾਵੇ ਰਵਨੀਤ ਦੀ ਮੈਂ ਗੱਲ ਸੁਣਾਵਾ ਮਿਰਚ ਮਸਾਲਾ ਲਾ ਕੇ ਬਈ ਅੱਧੀ ਰਾਤ ਨੂੰ ਘਰਿਓ ਆਉਂਦਾ ਬਈ ਅੱਧੀ ਰਾਤ ਨੂੰ ਘਰਿਓ ਆਉਂਦਾ ਦਾਰੂ ਦਾ ਗੁੱਟ ਲਾ ਕੇ ਬਈ ਨਾਰ ਤਯੋ ਦੀ ਬੜੀ ਮਜਾਜਣ ਬਈ ਨਾਰ ਤਯੋ ਦੀ ਬੜੀ ਮਜਾਜਣ ਪੈ ਜੇ ਕੁੰਡਾ ਲਾ ਕੇ ਬਈ ਤੜਕੇ ਉੱਠ ਕੇ ਚਾਤਰ ਦਿੰਦਾ ਲੌਂਗ ਲਾਚੀਆਂ ਪਾ ਕੇ ਰਨੇ ਉਹਨੇ ਖੁਸ਼ ਕਰਦੀ ਚਾਹ ਦਾ ਗਲਾਸ ਫੜਾ ਕੇ ਰਨੇ ਉਹਨੇ आज जो MH1 चैनल के द्वारा हमारे कॉलेज में ये कंटीनी मंडीर प्रोग्राम किया गया इसके लिए मैं MH1 चैनल का धन्यवाद करता हूँ और जो हमारे रवनीत सिंह जी हैं मैं इनका भी बहुत बहुत धन्यवाद करता हूँ सर मैं ये समझता हूँ कि ये जो चैनल अपनी जो एक विरासत है अपनी जो एक संस्कृति है उसको बचाने का उसको प्रमोट करने का ये काम कर रहा है जिसकी आज बहुत ही सख्त ज़रूरत है और इसके माध्यम से आज हमारे कॉलेज में आए हमारे कॉलेज के विद्यार्थियों को भी अपनी कला को दिखाने का मौका मिला और इसके माध्यम से ये भी उनको एक मैसेज गया कि हमें हमारी संस्कृति को हमारी कला को बचाए रखना है इसको प्रमोट करना है आज हमारे कॉलेज में कैंटीनी मंदिर का आयोजन किया गया बहुत अच्छा लगा और रवनीत जी आए हमारे स्टूडेंट्स रवनीत जी के बड़े फ़ैन हैं और आज उन्होंने यहाँ आकर के DAV कॉलेज चीका में हमारे बच्चों के भीतर जो टैलेंट है उस टैलेंट को सर्च करने का प्रयास किया और MH1 का ये प्रयास बहुत ही प्रशंसनीय है क्योंकि ये
पूरे देश की कल्चर को, पूरे देश की संस्कृति को एक दिखाने का उनका प्रयास है, जिसकी मैं प्रशंसा करता हूं। और डीएवी कॉलेज कल्चरल कमेटी का इंचार्ज होने के नाते मैं MH1 और उनकी पूरी टीम को बहुत बहुत बधाई देता हूं और बहुत बहुत शुभकामनाएं भी देता हूं। MH1 और रवनीत जी का बहुत बहुत शुक्रिया करती हूं, आज वो हमारे कॉलेज में आए हुए हैं और वो बच्चों के साथ इंटरेक्शन कर रहे हैं और सब बहुत इंजॉय कर रहे हैं। आज यहाँ इतना क्राउड इकट्ठा हो रखा है, वो जो बच्चों के साथ लगे हुए हैं उनको देख के हमें भी एक्साइटमेंट हो रही है। अज साढ़े DAV कॉलेज चीका दे विच कंटीनी मंडीर का प्रोग्राम होया, बहुत खुशी हुई क्योंकि पिछले 4 साल तो असं लगातार ये प्रोग्राम देख रहे सी। साढ़े बच्चों जो बड़ा उत्साह से कि ये किसी दिन साढ़े कॉलेज के विहड़े दे विच भी प्रोग्राम होएगा। सो मैं रवनीत जी और MH1 की सारी टीम का शुक्रगुजार हाँ। साढ़े बच्चे जोड़े कि प्यारे प्यारे इतने की भीड़ के रूप से जुटे हुए अब बड़े उत्साहित ने इस काम प्रोग्राम लैके। और मैं एक इस चैनल के माध्यम राही 2 लाइना जरूर कहना चाहाँगा कि किसी समय पंजाबी की मशहूर कवित्री अमृता प्रीतम जी ने कहा सीगा कि अजाखा वारस शाह नू किते कबरां विचों बोल ते अज किताबे इश्क दा कोई अगला वर्का फोल, एक रोई सी ती पंजाब दी तू लिख लिख मारे वैन अज लखां धीआं रोंदियां तेनू वारस शाह नू कहन। हमारे कॉलेज में पहली बार इस तरह का कोई किसी प्रोग्राम का आयोजन किया गया है, जिस प्रोग्राम को लेके हमारे बच्चे इतने उत्साहित थे कि हम लोग इनका उत्साह देखने लायक था। और हम इस उत्साह के लिए और इन बच्चों की जो कल्चरल जो हमारा जो टैलेंट है उस टैलेंट को उभारने के लिए MH1 की जो पूरी टीम है उसका तहे दिल से धन्यवाद करते हैं कि वो हमारे कॉलेज में आए, हमारे बच्चों के जो टैलेंट है उसको उभारा और देश विदेश तक उसको फैलाने में हमारी मदद की। इसके लिए MH1 और उसकी पूरी टीम को बहुत बहुत धन्यवाद। हम उनका यहाँ आने पर स्वागत करते हैं, उनका वेलकम करते हैं और आशा करते हैं कि भविष्य में भी उनको यहाँ आके अच्छा लगे। तो सारे ना थैंक यू सो मच जी, बहुत वधिया लग्या जी। अज DAV कॉलेज गुलहा चीका डिस्ट्रिक्ट कैथल हरियाणे दे विच आके सो बहुत वधिया एपीसोड। और अगले एपीसोड में फिर मिलते हैं जी। कीप सपोर्टिंग MH1 ते रवनीत नू प्यार कर दे रहो। सत श्री अकाल जी, थैंक यू सो मच, थैंक यू सो मच। थैंक्स फॉर वॉचिंग कंटीन्यू मंडीर और MH1 कंटीन्यू मंडीर के इस यूट्यूब चैनल नू तुसी सबसक्राइब करो ताकि अगले शोज की जी नोटिफिकेशन हैगी है वो थोनू मिलती रहे। थैंक यू सो मच।